ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦਸ਼ਮੇਸ਼ ਕੰਪਿਊਟਰਸ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕਲਰਕ ਦੀ ਭਰਤੀ ਬਾਰੇ ਜੋ ਕਿ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਕਲਰਕ ਦੀਆਂ ਟੋਟਲ 157 ਵੈਕੈਂਸੀਜ਼ ਆਈਆਂ ਹਨ ਤੇ ਇਸ ਦੇ ਵਿੱਚ ਅੱਜ ਤੁਹਾਨੂੰ ਅਸੀਂ ਇੰਪੋਰਟੈਂਟ ਡੇਟ ਕੁਆਲੀਫਿਕੇਸ਼ਨ ਅਤੇ ਏਜ ਲਿਮਿਟ ਬਾਰੇ ਪੂਰੀ ਜਾਣਕਾਰੀ ਦਵਾਂਗੇ ਗੱਲ ਕੀਤੀ ਜਾਵੇ ਜੇ ਕੁਆਲੀਫਿਕੇਸ਼ਨ ਦੀ ਤਾਂ ਤੁਸੀਂ ਕੀ ਹੈ ਗ੍ਰੈਜੂਏਟ ਹੋਣੇ ਚਾਹੀਦੇ ਹੋ ਚਾਹੇ ਤੁਹਾਡੀ ਬੈਚਲਰ ਡਿਗਰੀ ਆਰਟਸ ਕਮਰਸ ਜਾਂ ਸਾਇੰਸ ਵਿੱਚ ਹੋਵੇ ਮਿਨੀਮਮ ਏਜ ਇਸ ਦੇ ਵਿੱਚ ਹੈ 18 ਸਾਲ ਤੇ ਮੈਕਸਿਮਮ ਏਜ ਆ 30 ਸਾਲ ਹੁਣ ਆਪਾਂ ਗੱਲ ਕਰਾਂਗੇ ਇੰਪੋਰਟੈਂਟ ਡੇਟਸ ਦੀ ਕਿ ਕਦੋਂ ਤੇ ਫਾਰਮ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ ਜਿਹੜੀ ਕਿ ਸਟਾਰਟਿੰਗ ਡੇਟ ਆਫ ਫਾਰਮ ਅਪਲਾਈ ਕਰਨ ਦੀ ਉਹ ਹੈਗੀ ਆ 24 ਫਰਵਰੀ 2023 ਤੇ ਲਾਸਟ ਡੇਟ ਆਫ ਫਾਰਮ ਅਪਲਾਈ ਕਰਨ ਦੀ 17 ਮਾਰਚ 2023 ਐਪਲੀਕੇਸ਼ਨ ਫੀਸ ਆ ਫਾਰਮ ਅਪਲਾਈ ਕਰਨ ਦੀ ਜਿਹੜੀ ਕਿ ਜਨਰਲ ਐਸ ਸੀ ਐਸ ਟੀ बीसी స్టేట్ ਦੇ ਹੈਗੇ ਆ ਅਦਰ than ਪੰਜਾਬ ਹਰਿਆਣਾ ਜਾਂ ਚੰਡੀਗੜ੍ਹ ਤੋਂ ਉਹਨਾਂ ਦੀ ਹੈਗੀ ਆ 1000 ਰੁਪਿਆ ਫੀਸ ਤੇ ਜਿਹੜੇ ਕੈਂਡੀਡੇਟਸ ਐਸਸੀ ਐਸਟੀ ਬੀਸੀ ਜਿਹੜੇ ਕੀ ਸਟੇਟ ਦੇ ਪੰਜਾਬ ਦੇ ਆ ਜਾਂ ਹਰਿਆਣਾ ਜਾਂ ਚੰਡੀਗੜ੍ਹ ਦੇ ਆ ਯੂਨੀਅਨ ਟੈਰੀਟਰੀ ਦੀ ਉਹਨਾਂ ਦੀ ਹੈਗੀ ਆ 750 ਰੁਪਿਆ ਫੀਸ ਇਸੇ ਤਰ੍ਹਾਂ ਜੌਬਸ ਦੇ ਰਿਲੇਟਡ ਹੋਰ ਲੇਟੈਸਟ ਇਨਫੋਰਮੇਸ਼ਨ ਲਈ ਤੁਸੀਂ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ